स्टार्ट नहीं लेंदे, पर एक गल मैं सैलर वाले भी गल करदा जिहदे विचों स्टार्ट तों ज्यादा चौल निकलदा फुस्से विचों, उदों कोई क्यों नहीं बोलदा वी इहदे चों ज्यादा निकलदा, चोही जिमीदार नूं वापस कर दईए। जदों वाधा सीगा तां उदों कोई बोलिया नहीं, जदों घाटा पै गया इहदे विच देखो जी, ना सरकार नूं घाटा आ, ना सैलर वाले नूं घाटा आ, ना आड़तीए नूं घाटा आ। घाटा किहनूं आ? इक किसान नूं। मेरा झोना पिछे खड़ा है, देख लो मैं काट कटाउंदा, जां तां सैलर वाला झोना बाई मोटर चुके, खेती करके आपां जो बचदा नहीं को, हुण असीं खेती करके की गल, इन्हां नूं कम कर दे जी, इहदे नाल बेहतर असीं बाहर कितें दिहाड़ी कर लवांगे, कणक लेट हो रही है थल्लो गल सुक जाणी। हुण साडे को मरदिआं नूं इक्को ही ऑप्शन आ, वी ठीक आ झोना वैकदा नहीं, रोटी दा पहला संदे पए होगा, अग लाने अग ला के कणक बीज दिने, सरकार सानू लै जावे जिथे ले जाणा, यानी कि गांह दी फसल दी तैयारी तां करनी ही पऊगी। देखो जी अग ला देनी आ, सरकार लै जावे जेल च लै जाऊ, रोटी तां देणगे, वाह तां रोटी दे संदे। इस तरह तुसीं जाणदे हो दिवाली दे दिन चलदे आ, पर किसानां दी जो इस वेले हालत आ वो ही बड़ी खास आया। पंजाब सरकार दे वल्लों किसानां नूं इह भरोसा दवाया गया सी कि किसानी बेहतर बनाई जाएगी, मंडियां दे विच किसान नूं रौण नहीं दित्ता जाएगा, फसलां दे उत्ते बनदा उहनां दी MSP दित्ती जाएगी, अते किसान दे लई जीवन वधिया बनाउण दे लई बेहतरीन बनाउण दे लई उपराले कीते जाणगे। साडे नाल गल्लबात करन लई मौजूद हन पिंड पासला तो किसान सिमरजीत सिंह, आओ करदे हां गल्लबात। समय सत श्री अकाल जी, सत श्री अकाल जी, मैं सिमरजीत जानदा सैकटरी दराया ब्लाक का। पहला तो मैं अपने पिंड वालों नूं सबू देशवासियों नूं दिवाली दीआं ते बंदी छोड़ देश दीआं बहुत बहुत मुबारक, ठीक है जी। पर एक गल आ, अज लोकी घर च बह के दिवाली देख रहे हैं ते किसान की दिवाली करदी है, ठीक है जी। किसान मंडियां च रौल रहा 20-20 दिन तो, ਉਹ ਦਿਵਾਲੀ ਘਰੇ ਦੇਖਣਗੇ ਕਿ ਮੰਡੀ 'ਚ ਦੇਖਣਗੇ? ਆਪਣੀ ਸਰਕਾਰ ਆ ਬਹੁਤ ਵਧੀਆ ਸਰਕਾਰ, ਜਿਹਨਾਂ ਨੇ ਇਹ ਗੱਲ ਕਹੀ ਸੀ ਬਿਲਕੁਲ, ਵੀ ਐਕਟੀ ਤੁਸੀਂ ਮੰਡੀ 'ਚ ਝੋਨਾ ਲਾਓ, ਤੁਸੀਂ ਟਰਾਲੀ ਲੈ ਕੇ ਘਰ ਨਹੀਂ ਪਹੁੰਚੋਗੇ, ਤੁਹਾਡਾ ਪੈਸਾ ਖਾਤੇ 'ਚ, ਤੁਸੀਂ ਦਿਵਾਲੀ ਦੇਖੋ। ਮੰਡੀ 'ਚੋਂ ਟਰਾਲੀ ਖਾਲੀ ਕਰਦੇ ਸਾਰ ਪੈਸਾ ਆਊ, ਪੈਸਾ ਤੁਹਾਡੇ ਅਕਾਊਂਟ ਦੇ ਵਿੱਚ, ਪੈਸਾ ਛੱਡੋ ਸਾਡੀਆਂ ਤਾਂ ਟਰਾਲੀਆਂ ਨਹੀਂ ਖਾਲੀ ਹੋ ਰਹੀਆਂ, ਕੀ ਕਾਰਨ ਕੀ ਇਸ ਚੀਜ਼ ਦਾ? ਹੁਣ ਝੋਨਾ ਵੱਢੋ, ਆੜ੍ਹਤੀ ਪਹਿਲਾਂ ਕਹਿੰਦਾ ਜੀ ਮੰਡੀ ਟਰਾਲੀ ਨਹੀਂ ਖਾਲੀ ਕਰਾਉਣੀ, ਕਿਉਂ? ਸਾਕੋ ਕਹਿੰਦੇ ਲੈਫਟਿੰਗ ਉਹ ਨਹੀਂ ਹੋ ਰਹੀ, ਸਾਕੋ ਬੋਰੀਆਂ ਪਈਆਂ ਕਿੱਥੇ ਲਾਈਏ ਮਾਲ ਤੁਹਾਡਾ? ਅੱਛਾ, ਠੀਕ ਹੈ ਜੀ, ਜੇ ਲੜ ਕੇ ਧੱਕੇ ਨਾਲ ਕਰਾਉਂਦੇ ਹੀ ਆ ਤੇ ਸਾਨੂੰ ਹਫ਼ਤਾ ਹਫ਼ਤਾ ਮੰਡੀ 'ਚ ਬੈਠਣਾ ਪੈਂਦਾ, ਭਾਜੀ ਬਾਰਦਾਨਾ ਹੈ ਨੀਗਾ, ਪਿੱਛੋਂ ਬਾਰਦਾਨਾ ਨਹੀਂ ਆ ਰਿਹਾ, ਠੀਕ ਹੈ, ਜੇ ਬਾਰਦਾਨਾ ਆਉਂਦਾ ਆ ਅਸੀਂ ਬਾਰਦਾ ਨੀਗਾ, ਸਾਡੀ ਪਹਿਲੀ ਬੋਰੀ ਨਹੀਂ ਚੁੱਕ ਹੁੰਦੀ, ਠੀਕ ਹੈ ਜੀ। ਇਹ ਸਰਕਾਰ ਦੇ ਜਿਹੜੇ ਕੰਮ ਆ ਬਹੁਤ ਗਲਤ ਆ, ਸਰਕਾਰ ਨੇ ਪਹਿਲੀ ਗੱਲ ਕਹਿ ਕੇ 26 ਝੋਨਾ ਲਵਾਇਆ, ਤੁਸੀਂ ਵੀ ਜਾਣਦੇ, ਤੁਸੀਂ ਪਹਿਲਾਂ ਨਿਊਜ਼ਾਂ ਕੀਤੀਆਂ, ਮਤਲਬ ਇਹਨਾਂ ਨੇ ਇਹ ਰਿਕਮੈਂਡ ਕੀਤਾ ਸੀ ਕਿਸਾਨ ਨੂੰ ਵੀ ਤੁਸੀਂ ਇਹਨੂੰ ਬੀਜੋ, ਹਾਂਜੀ, ਤੇ ਫਿਰ ਹੁਣ ਕੀ ਹੋਇਆ? ਨਿਊਜ਼ ਕੀਤੀ ਸੀ ਪਹਿਲਾਂ, ਬਿਲਕੁਲ ਬਿਲਕੁਲ, ਹੁਣ 26 ਲਵਾ ਕੇ ਹੁਣ ਉਹਨੂੰ ਕਹਿ ਰਹੇ ਆ ਵੀ ਇਹਦੇ ਵਿੱਚ ਚੌਲ ਘੱਟ ਨਿਕਲਦਾ, ਠੀਕ ਹੈ ਜੀ। ਸੈਲਰ ਵਾਲਾ ਕਹਿੰਦਾ ਜੀ ਮੈਂ ਇਹਨੂੰ ਘੱਟ ਰੇਟ ਤੇ ਚੁੱਕਣਾ, ਸਾਨੂੰ ਕਾਰਡ ਚਾਹੀਦੀ ਆ। ਭਾਜੀ ਇਹ ਗੌਰਮੈਂਟ ਦਾ ਆ ਜਾਂ ਸੈਲਰ ਦਾ ਆ, ਜਿਹੜਾ ਝੋਨੇ ਚੋਂ 67 ਕਿਲੋ ਤੋਂ ਉੱਪਰ ਚੌਲ ਨਿਕਲਦਾ ਉਦੋਂ ਕੋਈ ਕਿਉਂ ਨੀ ਬੋਲਦਾ? ਮੰਨ ਲਓ ਇਹਨਾਂ ਦੀ ਤਕਨੀਕੀ ਕਾਰਨ ਸੀ, ਇਹਨਾਂ ਨੂੰ ਪਹਿਲਾਂ ਜਾਂ ਤਾਂ ਇਹਨਾਂ ਨੇ ਟੈਸਟਿੰਗ ਨਹੀਂ ਕਰਾਈ, ਜੇ ਕਰਾਈ ਆ ਤੇ ਸਰਕਾਰ ਦਾ ਕਿਹੜਾ, ਮਤਲਬ ਸਰਕਾਰ ਦੀ ਗਲਤੀ, ਕਿਸਾਨ ਕਿਉਂ ਚੱਲੇ? ਭਾਜੀ ਦੇਖੋ ਜੇ ਹੁਣ ਮੰਨ ਲਓ ਉਹ ਚੋਂ 62 ਕਿਲੋ 63 ਕਿਲੋ ਨਿਕਲਦਾ, ਉਹ ਸਰਕਾਰ ਉਹਨਾਂ ਦਾ ਕਰੇ ਨਾ ਸੈਟਲਮੈਂਟ, ਵੀ ਠੀਕ ਹੈ ਜੀ ਤੁਹਾਤੋਂ 26 ਦਾ 62 ਕਿਲੋ ਚੁੱਕਾਂਗੇ, ਅਸੀਂ ਆਪਣੀ ਕਾਰਡ ਕਢਾ ਦਿੰਦੇ ਹਾਂ, ਅਸੀਂ ਚੁੱਕਾਂਗੇ, ਵੀ ਸਟਾਰਟ ਨਹੀਂ ਲੈਂਦੇ। ਪਰ ਇੱਕ ਗੱਲ ਮੈਂ ਸੈਲਰ ਵਾਲੇ ਦੀ ਵੀ ਗੱਲ ਕਰਦਾ, ਜਿਹਦੇ ਵਿੱਚੋਂ 67 ਤੋਂ ਜ਼ਿਆਦਾ ਚੌਲ ਨਿਕਲਦਾ ਫੁੱਸੇ ਵਿੱਚੋਂ, ਉਦੋਂ ਕੋਈ ਕਿਉਂ ਨੀ ਬੋਲਦਾ ਵੀ ਇਹ 'ਚੋਂ ਜ਼ਿਆਦਾ ਨਿਕਲਦਾ, ਚੋ ਜ਼ਿਮੀਦਾਰ ਨੂੰ ਵਾਪਸ ਕਰ ਦਈਏ? ਜਦੋਂ ਵਾਧਾ ਸੀਗਾ ਤਾਂ ਉਦੋਂ ਕੋਈ ਬੋਲਿਆ ਨਹੀਂ, ਜਦੋਂ ਘਾਟਾ ਪੈ ਗਿਆ ਤੇ ਇਹਦੇ ਵਿੱਚ ਦੇਖੋ ਜੀ, ਨਾ ਸਰਕਾਰ ਨੂੰ ਘਾਟਾ ਆ, ਨਾ ਸੈਲਰ ਵਾਲੇ ਨੂੰ ਘਾਟਾ ਆ, ਨਾ ਆੜ੍ਹਤੀਏ ਨੂੰ ਘਾਟਾ ਆ, ਘਾਟਾ ਕਿਹਨੂੰ ਆ? ਇੱਕ ਕਿਸਾਨ ਨੂੰ, ਮਰਿਆ ਕਿਸਾਨ, 6 ਮਹੀਨੇ ਫਸਲ ਪਾਲਦਾ ਫਿਰ ਮੰਡੀਆਂ 'ਚ ਰੋਲਦਾ, ਆਪਣੀ ਚੀਜ਼ ਵੇਚਣ ਦੇ ਲਈ ਸਾਨੂੰ ਮਿੰਨਤਾਂ ਕਰਨੀਆਂ ਪੈਂਦੀਆਂ, ਇਹ ਤਾਂ ਗੱਲ ਜ਼ਰੂਰ ਆ, ਠੀਕ ਹੈ ਜੀ। ਹੁਣ ਝੋਨਾ ਵੇਚ ਲਿਆ, ਹੁਣ ਸਾਨੂੰ ਆੜ੍ਹਤੀਏ ਕਹਿ ਰਹੇ ਆ ਜੀ ਲੈਫਟਿੰਗ ਤਦ ਹੋਣੀ ਆ, ਸੈਲਰ ਵਾਲੇ ਕਹਿੰਦੇ ਆ ਸੈਲਰ ਵਾਲੇ ਕਾਰਡ ਮੰਗਦੇ ਆ। ਅੱਛਾ ਸਿਮਰ, ਮੈਂ ਤੁਹਾਨੂੰ ਗੱਲ ਰੋਕਣਾ ਚਾਹੁੰਦਾ, ਕਿਹੜਾ ਤੁਹਾਡੀ ਫਸਲ ਪਈ ਆ ਉਹ ਕਿਹੜੀ ਮੰਡੀ 'ਚ ਪਈ ਆ? ਪਾਸਲਾ ਮੰਡੀ 'ਚ। ਪਾਸਲਾ ਮੰਡੀ ਵਿੱਚ ਕਿਹੜੇ ਆੜ੍ਹਤੀਏ ਕੋਲ? ਮਾਸਟਰ ਉਹਨਾਂ ਦੇ, ਮਾਸਟਰ ਉਹਨਾਂ ਦੇ, ਉਹਨਾਂ ਦਾ ਉਹਨਾਂ ਦੀ ਇਹ ਵੈਲਡਿੰਗ ਹੈ ਤੁਹਾਡੇ? ਉਹਨਾਂ ਦਾ ਮੇਰੇ ਫੋਨ ਆਇਆ ਸੀਗਾ, ਹਾਂ ਵੀ ਸਿਮਰ ਪੁੱਤ ਕਿੱਦਾਂ ਕਰਨੀ ਆ, ਵੀ ਉਹ ਕਾਰਡ ਮੰਗਦੇ ਆ। ਕਿੰਨੀ ਕਾਰਡ ਮੰਗਦੇ? ਠੀਕ ਆ, ਉਹ ਗੱਡੀ ਮਗਰ ਮੰਗਦੇ ਉਹਨਾਂ ਤੋਂ ਕੁਛ। ਆਪਾਂ ਇੱਕ ਗੱਲ ਦੱਸੀ ਸੀਗੀ ਵੀ ਸਾਡਾ ਮਾਲ ਸੁੱਕਾ ਆ, ਅਸੀਂ ਇੱਕ ਦਾਣਾ ਨਹੀਂ ਲੈਣਾ।
ਅਬੇ ਸਾਡੇ ਜੇ ਤਾਂ ਫਸਲ ਚ ਕੋਈ ਕਮੀ ਆ ਤੁਸੀਂ ਕਾਰਡ ਕੱਟੋ। ਦੇਖੋ ਰਵੀ ਕਾਰਡ ਕਟਾਵਾਂਗੇ, ਮੈਂ ਕਟਾਉਣਾ ਕਾਰਡ, ਆ ਮੇਰਾ ਝੋਨਾ ਪਿੱਛੇ ਖੜਾ ਆ, ਬਿਲਕੁਲ ਦੇਖ ਲਓ, ਮੈਂ ਕਾਰਡ ਕਟਾਉਣਾ, ਜਾਂ ਤਾਂ ਸੈਲਰ ਵਾਲਾ ਝੋਨਾ ਬਾਈ ਮੋਟਰ ਚੁੱਕ ਕੇ ਲੈਣਾ ਵੀ ਸੁੱਕਾ, ਲੈਣਾ ਵੀ ਕੁਆਲਿਟੀ ਵਾਲਾ, ਲੈਣਾ ਵੀ ਸੁੱਕਾ, ਲੈਣੀ ਵੀ ਕਾਰਡ ਆ, ਠੀਕ ਹੈ ਜੀ। ਕਾਰਡ ਕਾਰਡ ਉੱਥੇ ਬਣਦੀ ਆ ਵੀ ਹਾਂ ਵੀ ਤੁਹਾਡਾ ਗਿੱਲਾ ਝੋਨਾ ਆ, ਇਹ ਜਦੋਂ ਸਟੋਰ ਕਰਨਾ ਆ ਇਹ ਘੱਟ ਜਾਣਾ, ਘੱਟ ਜਾਣਾ, ਸਾਨੂੰ ਥੋੜਾ ਵੱਧ ਦਿਓ, ਠੀਕ ਹੈ ਜੀ। ਲੈਣਾ ਵੀ ਸੁੱਕਾ ਆ ਤੇ ਬਾਈ ਸੁੱਕਾ ਝੋਨਾ ਦੇ ਕੇ ਕਾਰਡ ਕਿਉਂ ਦਈਏ ਆਪਾਂ? ਸਰਕਾਰ ਕਹਿੰਦੀ ਆ 17 ਵਾਊਚਰ ਚਾਹੀਦਾ ਆ, ਜਦਕਿ ਕਿਸਾਨਾਂ ਦੀ ਜਿਹੜੀਆਂ ਫਸਲਾਂ ਆ ਉਹ 12-13 ਤੇ ਵੀ ਆ ਗਈਆਂ, ਕਿਸਾਨ ਤਾਂ ਪਹਿਲਾਂ ਇੱਥੇ ਮਰ ਗਿਆ ਭਾਜੀ। ਇੱਕ ਮੋਚਰ ਦੇ ਮਗਰ, ਕੁਇੰਟਲ ਮਗਰ, ਇੱਕ ਮੋਚਰ ਦੇ ਮਗਰ 2 ਕਿਲੋ ਝੋਨਾ ਘਟਦਾ ਲਾ ਤਾਂ, ਜੇ ਮੰਨ ਲਓ 17 ਤੋਂ ਹੁਣ ਕਿਸੇ ਦੀ 12 ਢੇਰੀ ਆ ਗਈ, ਦੇਖੋ ਉਹਦਾ ਝੋਨਾ ਪਹਿਲਾਂ ਘਟ ਗਿਆ ਕੁਇੰਟਲ ਚ ਕਿੰਨਾ, ਠੀਕ ਹੈ ਜੀ। ਉਹ ਤੋਂ ਬਾਅਦ ਚ ਉਹ ਕਾਟ ਦੇਵੇ, ਉਹ ਤਾਂ ਉਦੇ ਮਰ ਗਿਆ, ਉਹ ਤਾਂ ਮਰ ਗਿਆ, ਹੁਣ ਤਾਂ ਇਹ ਸਿਸਟਮ ਆ ਗਿਆ ਵੀ ਸਾਨੂੰ ਖੇਤੀ ਬੰਦ ਕਰਨੀ ਪੈਣੀ ਆ। ਜੇ ਕਿਸਾਨ ਖੇਤੀ ਬੰਦ ਕਰ ਦੂਗਾ ਤੇ ਫਿਰ ਇਹ ਨੀ ਸੋਚਦੇ ਵੀ ਬਾਕੀ ਵੀ ਭੁੱਖੇ ਮੰਨਗੇ ਕਿਸਾਨ ਕੱਲਾ ਖੜਾ ਮਰ ਜੀ। ਦੇਖੋ ਰਵੀ ਹੁਣ ਗੱਲ ਹੀ ਇੱਥੇ ਆ ਗਈ ਆ ਬਈ, ਖੇਤੀ ਕਰਕੇ ਆਪਾਂ ਨੂੰ ਜਦੋਂ ਬਚਦਾ ਨੀ ਕੋ, ਹੁਣ ਅਸੀਂ ਖੇਤੀ ਕਰਕੇ ਕੀ ਗੱਲ, ਇਹਨਾਂ ਨੂੰ ਕੰਮ ਕਰਕੇ ਦੇਈ ਜੀ, ਇਹਦੇ ਨਾਲੋਂ ਬਿਹਤਰ ਅਸੀਂ ਬਾਹਰ ਕਿਤੇ ਦਿਹਾੜੀ ਕਰ ਲਵਾਂਗੇ, ਚਾਰ ਪੈਸਾ ਸਾਨੂੰ ਆਊ ਤਾਂ ਸਹੀ। ਹੁਣ ਅਸੀਂ ਰੋਟੀ ਖਾਣ ਤੋਂ ਵੀ ਬੈਠੇ ਆ, ਠੀਕ ਹੈ ਜੀ। ਸਵੇਰ ਤੋਂ ਮੰਡੀ ਚਲ ਜਾਓ, ਸ਼ਾਮ ਨੂੰ ਆ ਜਾਓ, ਨਾ ਕੋਈ ਰੋਟੀ ਦਾ ਨਾ ਕੋਈ ਪਾਣੀ ਦਾ ਉੱਥੇ ਇੰਤਜ਼ਾਮ ਆ, ਤੁਸੀਂ ਦੇਖੋ ਵੀ ਕਿੰਨਾ ਕੁ ਬੰਦਾ ਦੁਖੀ ਹੋ ਜਾਊਗਾ। ਸਰਕਾਰਾਂ ਨੂੰ ਮੰਡੀਆਂ ਦੇ ਵਿੱਚ ਫਸਲਾਂ ਕਿਹੜੀਆਂ ਪਈਆਂ ਆ ਉਹ ਨਜ਼ਰ ਨਹੀਂ ਆਉਂਦੀਆਂ, ਸੈਟੇਲਾਈਟ ਦੇ ਨਾਲ ਧੂੰਏ ਨਜ਼ਰ ਆ ਜਾਂਦੇ ਆ। ਦੇਖੋ ਜੀ ਧੂੰਏ ਦੀ ਗੱਲ ਆ ਗਈ, ਅਸੀਂ ਨੀ ਕਹਿੰਦੇ ਅਸੀਂ ਅੱਗ ਲਾਉਂਦੇ, ਮੈਂ ਖੁਦ ਦੇ ਆਪਣੇ ਖੱਤਿਆਂ ਦੇ ਵਿੱਚ ਰੀਪਰ ਫੜਾਇਆ ਆ, ਅੱਜ 17 ਦਿਨ ਹੋ ਗਏ। ਓਕੇ ਭਾਜੀ ਰੀਪਰ ਫੇਰਤਾ, 17 ਦਿਨ ਹੋ ਗਏ ਆ, ਅਸ ਨੂੰ ਪ੍ਰਣਾਲੀ ਚੁੱਕਣਗੇ ਤਾਂ ਅਸੀਂ ਕਣਕ ਬੀਜਾਂਗੇ। ਆਹ ਮੰਨ ਲਓ ਇਹ ਚੁੱਕਦੇ ਕੱਦ ਦੀ ਕੀ ਕਹਿੰਦੇ ਇਹ, ਉਹਨਾਂ ਕੋਲ ਟਾਈਮ ਹੈ ਨਹੀਂ, ਮੰਨ ਲਓ ਟਾਈਮ ਕਿਹੜੀ, ਮੇਲੇ ਵਾਲਾ ਕੋ, ਉਹ ਕਹਿੰਦੇ ਸਾਕੂ ਕੰਮ ਹੀ ਬਹੁਤ ਆ ਹਲੇ, ਵੀ ਨਹੀਂ ਵਾਰੀ ਆਊਗੀ, ਵਾਰੀ ਨਹੀਂ ਆਉਂਦੀ ਹਲੇ। ਤੇ ਫਿਰ ਇਹਦੇ ਨਾਲ ਫਸਲ ਨੂੰ ਕੀ ਫਰਕ ਪੈਂਦਾ? ਫਸਲ ਜੀ ਸਾਡੀ ਕਣਕ ਲੇਟ ਹੋ ਰਹੀ ਆ, ਥੱਲੋਂ ਗੱਲ ਸੁੱਕ ਜਾਣੀ। ਫਿਰ ਹੁਣ ਸਾਡੇ ਕੋਲ ਮਰਦਿਆਂ ਨੂੰ ਇੱਕੋ ਹੀ ਆਪਸ਼ਨ ਆ ਵੀ ਠੀਕ ਆ, ਝੋਨਾ ਵੈਗਦਾ ਨੀ, ਰੋਟੀ ਦਾ ਪਹਿਲਾਂ ਸੰਦੇ ਪਏ ਹੋਊਗਾ, ਅੱਗ ਲਾਉਂਦੇ ਆ, ਅੱਗ ਲਾ ਕੇ ਕਣਕ ਬੀਜ ਦਿੰਦੇ ਆ, ਸਰਕਾਰ ਸਾਨੂੰ ਲੈ ਜਾਵੇ ਜਿੱਥੇ ਲਿਆਣਾ, ਯਾਨੀ ਕਿ ਗਾਂਹ ਦੀ ਫਸਲ ਦੀ ਤਿਆਰੀ ਤਾਂ ਕਰਨੀ ਪਊਗੀ। ਦੇਖੋ ਜੀ ਅੱਗ ਲਾ ਦੇਣੀ ਆ, ਸਰਕਾਰ ਲੈ ਜਾਵੇ ਜੇਲ੍ਹ 'ਚ, ਲੈ ਜੂ ਰੋਟੀ ਤਾਂ ਦੇਣਗੇ, ਬਾਹਰ ਤਾਂ ਰੋਟੀ ਦੇ ਪਸੰਦੇ ਪਏ ਹੋ, ਕਿੱਥੋਂ ਖਾਣੀ ਆ। ਤੇ ਕਮ ਸੇ ਕਮ ਰੋਟੀ ਦਾ ਪ੍ਰਬੰਧ ਤਾਂ ਸਰਕਾਰ ਕਰ ਦਿਓ, ਰੋਟੀ ਦਾ ਅੱਗ ਲਾ ਕੇ ਰੋਟੀ ਦਾ ਕਰ ਲੈਂਦੇ, ਉੱਦਾਂ ਤਾਂ ਕਰਨਾ ਨਹੀਂ। ਆਹ ਚਲੋ ਅੱਗ ਲਾ ਕੇ ਰੋਟੀ ਦਾ ਪ੍ਰਬੰਧ ਤਾਂ ਕਰੀਏ, ਉੱਦਾਂ ਤਾਂ ਔਖਾ ਹੋ ਗਿਆ, ਇਹੀ ਹਾਲਾਤ ਹੋ ਗਿਆ ਵੀ ਅੱਗ ਲਾਈਏ ਅੰਦਰ ਲੈ ਜਾਓ ਸਾਨੂੰ, ਠੀਕ ਆ ਰੋਟੀ ਤਾਂ ਲਉਂਗੇ, ਬਾਅਦ ਤਾਂ ਰੋਟੀ ਤੋਂ ਵੀ ਮੇਰੇ ਹਿਸਾਬ ਨਾਲ ਹੋਰ ਆਉਣ ਵਾਲੇ ਸਾਲਾਂ 'ਚ ਇੱਦਾਂ ਦੇ ਹਾਲਾਤ ਹੋ ਜਾਣੇ ਕਿ ਆਪਾਂ ਯੂਪੀ ਵਾਲਾ ਝੋਨਾ ਵਿਕਣਾ ਯੂਪੀ ਵਾਂਗੂ। ਯੂਪੀ ਵਾਂਗੂ ਮੰਨ ਲਓ ਕਿੱਦਾਂ ਭਾਜੀ? ਯੂਪੀ 'ਚ ਹੁਣ ਮੰਨ ਲਓ ਕੋਈ MSP ਨਹੀਂ ਗੀ, ਵਪਾਰੀ ਆਉਂਦਾ ਆਪਣਾ ਰੇਟ ਲਾਉਂਦਾ ਲੈ ਜਾਂਦਾ, ਪ੍ਰਾਈਵੇਟ ਕਰਨ ਹੋਇਆ ਜੀ। ਹੁਣ ਅੱਜ ਦੇਖੋ ਸੈਲਰ ਵਾਲੇ ਕਾਰਡ ਮੰਗ ਰਹੇ ਆ, ਆਪਾਂ ਆੜਤੀਆਂ ਨੂੰ ਵੀ ਮਾੜਾ ਨੀ ਕਹਿੰਦੇ, ਆਪਾਂ ਸੈਲਰ ਨੂੰ ਵੀ ਮਾੜਾ ਨੀ ਕਹਿੰਦੇ। ਮੈਂ ਗੱਲ ਕਰਦਾ ਪਾਣੀ ਦਾ ਉੱਥੇ ਇੰਤਜ਼ਾਮ ਆ, ਤੁਸੀਂ ਦੇਖੋ ਵੀ ਕਿੰਨਾ ਕੁ ਬੰਦਾ ਦੁਖੀ ਹੋਜੂਗਾ। ਸਰਕਾਰਾਂ ਨੂੰ ਮੰਡੀਆਂ ਦੇ ਵਿੱਚ ਫਸਲਾਂ ਕਿਹੜੀਆਂ ਪਈਆਂ ਆ ਉਹ ਨਜ਼ਰ ਨਹੀਂ ਆਉਂਦੀਆਂ, ਸੈਟੇਲਾਈਟ ਦੇ ਨਾਲ ਧੂੰਏ ਨਜ਼ਰ ਆ ਜਾਂਦੇ ਆ। ਦੇਖੋ ਜੀ ਧੂੰਏ ਦੀ ਗੱਲ ਆ ਗਈ, ਅਸੀਂ ਨੀ ਕਹਿੰਦੇ ਅਸੀਂ ਅੱਗ ਲਾਉਂਦੇ, ਮੈਂ ਖੁਦ ਦੇ ਆਪਣੇ ਖੱਤਿਆਂ ਦੇ ਵਿੱਚ ਰੀਪਰ ਫੜਾਇਆ ਆ, ਅੱਜ 17 ਦਿਨ ਹੋ ਗਏ। ਓਕੇ ਭਾਜੀ ਰੀਪਰ ਫੇਰਤਾ, 17 ਦਿਨ ਹੋ ਗਏ ਆ, ਅਸ ਨੂੰ ਪ੍ਰਣਾਲੀ ਚੁੱਕਣਗੇ ਤਾਂ ਅਸੀਂ ਕਣਕ ਬੀਜਾਂਗੇ। ਆਹ ਮੰਨ ਲਓ ਇਹ ਚੁੱਕਦੇ ਕੱਦ ਦੀ ਕੀ ਕਹਿੰਦੇ ਇਹ, ਉਹਨਾਂ ਕੋਲ ਟਾਈਮ ਹੈ ਨਹੀਂ? ਨਹੀਂ ਮੰਨ ਲਓ ਟਾਈਮ ਕਿਹੜੀ, ਮੇਲੇ ਵਾਲਾ ਕੋ, ਉਹ ਕਹਿੰਦੇ ਸਾਕੂ ਕੰਮ ਹੀ ਬਹੁਤ ਆ ਹਲੇ, ਵੀ ਨਹੀਂ ਵਾਰੀ ਆਊਗੀ, ਵਾਰੀ ਨਹੀਂ ਆਉਂਦੀ ਹਲੇ। ਤੇ ਫਿਰ ਇਹਦੇ ਨਾਲ ਫਸਲ ਨੂੰ ਕੀ ਫਰਕ ਪੈਂਦਾ? ਫਸਲ ਜੀ ਸਾਡੀ ਕਣਕ ਲੇਟ ਹੋ ਰਹੀ ਆ, ਥੱਲੋਂ ਗੱਲ ਸੁੱਕ ਜਾਣੀ। ਫਿਰ ਹੁਣ ਸਾਡੇ ਕੋਲ ਮਰਦਿਆਂ ਨੂੰ ਇੱਕੋ ਹੀ ਆਪਸ਼ਨ ਆ ਵੀ ਠੀਕ ਆ, ਝੋਨਾ ਵੈਗਦਾ ਨੀ, ਰੋਟੀ ਦੇ ਪਹਿਲਾਂ ਸੰਦੇ ਪਏ ਹੋਊਗਾ, ਅੱਗ ਲਾਉਂਦੇ ਆ, ਅੱਗ ਲਾ ਕੇ ਕਣਕ ਬੀਜ ਦਿੰਦੇ ਆ, ਸਰਕਾਰ ਸਾਨੂੰ ਲੈ ਜਾਵੇ ਜਿੱਥੇ ਲਿਆਉਣਾ, ਯਾਨੀ ਕਿ ਗਾਂਹ ਦੀ ਫਸਲ ਦੀ ਤਿਆਰੀ ਤਾਂ ਕਰਨੀ ਪਊਗੀ। ਦੇਖੋ ਜੀ ਅੱਗ ਲਾ ਦੇਣੀ ਆ, ਸਰਕਾਰ ਲੈ ਜਾਵੇ ਜੇਲ੍ਹ 'ਚ, ਲੈ ਜੂ ਰੋਟੀ ਤਾਂ ਦੇਣਗੇ, ਬਾਹਰ ਤਾਂ ਰੋਟੀ ਦੇ ਪਸੰਦੇ ਪਏ ਹੋਊਗਾ, ਕਿੱਥੋਂ ਖਾਣੀ ਆ। ਤੇ ਕਮ ਸੇ ਕਮ ਰੋਟੀ ਦਾ ਪ੍ਰਬੰਧ ਤਾਂ ਸਰਕਾਰ ਕਰ ਦਿਓ, ਰੋਟੀ ਦਾ ਅੱਗ ਲਾ ਕੇ ਰੋਟੀ ਦਾ ਕਰ ਲੈਂਦੇ, ਉੱਦਾਂ ਤਾਂ ਕਰਨਾ ਨਹੀਂ। ਆਹ ਚਲੋ ਅੱਗ ਲਾ ਕੇ ਰੋਟੀ ਦਾ ਪ੍ਰਬੰਧ ਤਾਂ ਕਰੀਏ, ਉੱਦਾਂ ਤਾਂ ਔਖਾ ਹੋ ਗਿਆ, ਇਹੀ ਹਾਲਾਤ ਹੋ ਗਿਆ ਵੀ ਅੱਗ ਲਾਈਏ ਅੰਦਰ ਲੈ ਜਾਓ ਸਾਨੂੰ, ਠੀਕ ਆ ਰੋਟੀ ਤਾਂ ਲਉਂਗੇ, ਬਾਅਦ ਤਾਂ ਰੋਟੀ ਤੋਂ ਵੀ ਮੇਰੇ ਹਿਸਾਬ ਨਾਲ ਹੋਰ ਆਉਣ ਵਾਲੇ ਸਾਲਾਂ 'ਚ ਇੱਦਾਂ ਦੇ ਹਾਲਾਤ ਹੋ ਜਾਣੇ ਕਿ ਆਪਾਂ ਯੂਪੀ ਵਾਲਾ ਝੋਨਾ ਵਿਕਣਾ ਯੂਪੀ ਵਾਂਗੂ। ਯੂਪੀ ਵਾਂਗੂ ਮੰਨ ਲਓ ਕਿੱਦਾਂ? ਭਾਜੀ ਯੂਪੀ 'ਚ ਹੁਣ ਮੰਨ ਲਓ ਕੋਈ MSP ਨਹੀਂ ਗੀ, ਵਪਾਰੀ ਆਉਂਦਾ ਆਪਣਾ ਰੇਟ ਲਾਉਂਦਾ ਲੈ ਜਾਂਦਾ, ਪ੍ਰਾਈਵੇਟ ਕਰਨ ਹੋਇਆ ਜੀ। ਹੁਣ ਅੱਜ ਦੇਖੋ ਸੈਲਰ ਵਾਲੇ ਕਾਰਡ ਮੰਗ ਰਹੇ ਆ, ਆਪਾਂ ਆੜਤੀਆਂ ਨੂੰ ਵੀ ਮਾੜਾ ਨੀ ਕਹਿੰਦੇ, ਆਪਾਂ ਸੈਲਰ ਨੂੰ ਵੀ ਮਾੜਾ ਨੀ ਕਹਿੰਦੇ। ਮੈਂ ਗੱਲ ਕਰਦਾ ਸੈਲਰ ਵਾਲਾ ਕਾਰਡ ਮੰਗ ਰਿਹਾ ਆੜਤੀਆਂ ਤੋਂ, ਆੜਤੀਆਂ ਮੰਗ ਰਿਹਾ ਜ਼ਿਮੀਦਾਰ ਤੋਂ, ਮੈਂ ਤਾਂ ਤੁਸੀਂ ਆੜਤੀਆਂ ਮੈਂ ਤੁਹਾਨੂੰ ਕਾਰਡ ਨਹੀਂ ਦਿੱਤੀ, ਤੁਸੀਂ 1 ਸਾਲ ਕੰਮ ਕਰ ਲਉਂਗੇ,
दो साल कर लोगे कहोगे एक्टिव चल थोड़ा घट बच गया जो तो आए थी अपना कार्ड देती सैलर आलिया ने मोहरे दुगुनी करनी है यही कार्ड तो मान लो तुम यार काम करोगे जो प्रॉफिट घटी जाना तो हौली हौली छड़ देना जो मान लो बिचो आड़ती निकल गया सैलर आले रह गए सैलर आले तो हूं कहते रेट कटा के लेना असि जो साफ सुथरी वधिया फसल का रेट नहीं पाते ठीक है तो जो आड़ती चल गया उन्होंने फिर प्राइवेट बोलिया तो लिया करना अपने मन मर्जी का रेट देने। अच्छा तुसी पासले मंडी विच किन्ना फसल किदन सिटी सी? भाजी मैं फसल सिटी सी मेरे हिसाब नाल 25 तरीक नूं सिटी सी। अच्छा तो उस तो पहला सिटी ही 21 नूं। मान लो जिदन दी मंडी शुरू हुई आ तुसी पिंड दे आ अक्सर पिंड दे मंडी च गेड़ा छेड़ा मारदे रहिंदे होणे आ। भाजी मैं हर रोज मंडी च गेड़ा मैं नागा मंडी जांदा। मंडी दे विच किहड़े सरकारी मुलाजम तैनात आ जिन्हां दीआं ड्यूटियां आ उह कदों क गेड़ा मार किन्ने क गेड़े उदन दे मार चुके आ? देखो जी आए आए कोई ढेरी नहीं देखते भर दो मेरी उन्होंने भी गल नहीं जो पहला बार दिन आई नहीं उदो किसी ने गेड़ा मारिया कि नहीं मारिया आते आके पांच मिनट खड़ते ही मुड़ जाते। अच्छा क्योंकि जिमीदार नहीं पता कौन आगे पता इंस्पैक्टर गल करूगा जिमीदार ने राबता नहीं बना नहीं बनाया मेरी उन्होंने भी गल हुई सी आप उन्होंने भी गल पूछी मैं भाजी तुम बार भाजी बार आके भरा आने फिर अपने मार्केट कमेटी दे चे आए सके शायद सेक्रेटरी साहब वरिंदर कुमार। अच्छा मेरी एसडीएम साहब नाल गल हुई सी फलोर उन्होंने उन्होंने नंबर दिता उन्होंने फोन आया वो आए वो मंडी च वीडियो बना के उन्होंने डीसी साहब नूं पाई आ सारा मुआयना करके गए वह खुद कहिंदे सीगे कि भाजी मंडी का स्पेस इन्नी ज्यादा थोड़ी है अपने पिंड की ए लैफ्टिंग नालों नाल होगी तो झोना लैना। अच्छा आप गल करते हैं अपनी मंडी की जो पासला मंडी से आप गल करिए अंबार तो बोरिया के लगे लगे आ पर आप हरेक साल एक चीज़ देखते हैं तुम भी जिम्मेदार हैं अगे जो पहला तो मंडी बनी हुई आ सवेरे लाइना लगिया होंगे बोतल चुक के कि प्रवासी आ जो मजदूर आ कभी तेरे खत्ते कभी मेरे खत्ते सज्जे खब्बे जाते कोई उत्थे बहन का प्रबंध नहीं मंडी में कोई पानी धानी का प्रबंध नहीं जिमीदार फसल लैके जाता वह भी इदे नुकरा नकरा ना बह के आ जी। देखो वो आए प्रवासी जो आप भी कितने चलीए जो आप कोई साधन ही है नहीं गा तो आप कितने बुता तो लाना ही बुता लाना भाजी रही पानी की गल अपनी मंडी में एक बंद लाया गोरमेंट ने मेरे हिसाब न खलीफे शायद। अच्छा ठीक है तुम मेरे न चलो आप मंडी बहने दोनों जाने आप सवेर तो शाम तक बह जाना बिल्कुल तेनू किसी ने पानी का घुट नहीं पुछना अब कि जिमीदार जो सब तो रोटी चलती है आड़तिया की ओदे कोई पुछगछ नहीं ओदा कोई प्रबंध नहीं बैठदा। देखो जी जेडे बंदे दी ड्यूटी लाई आ गवर्नमेंट पैसा दिंदी आ ओ सारी दाई ताश खेड़दे आ। अच्छा मतलब सरकार दे कोल तनखा भी लई जांदे आ ते अपनी बाजी भी लई जांदे बाजी लई जांदे आ ते तुहानू मंडी च पानी नहीं पुछणा किसे ने बैठण दा की प्रबंध आ? बैठण दा प्रबंध बहुत वधिया बैड लगे आ पक्खा पुखा एसी उसी लाया एसी लाया हुआ पक्के कमरे बड़े हुआ ए माट आड़तियां ने लाए फिर। हां अच्छा जी खबर की प्रवासी मजदूर सवेर स्वच्छ भारत अभियान धज्जियां उड़ाउंदे आ तो उस तों बाद विच सैकटरी साहब का कहना सीगा वी खूंजे दे उत्ते दो टॉयलेटां बना दित्तियां गईआं देखीआं तुसीं मिट्टी चों देखो देखो मैं देखीआं हैगीआं की बणाईआं उह टीन नहीं हुंदी चादर उह टीन दे बाथरूम बणाया दो। अच्छा जी उहदी सप्लाई फिर कित्थे नूं पाई आ मैं दसण लगा टीन दे बाथरूम बणाए आपां बाथरूम बणा के इत्थे रख दईए मैं तां कहिंदा वी आह चीज़ खड़ गई रवी तुसीं इहनूं वरतो ठीक आ चलो लैटरिंग भी नहीं गई जे आपां वैसे भी जाना पेशाब करन भी जाना वीरे उहदा निकासी कित्थे आ? हां गल तो निकासी दी है ना हुण आपां घरे बणाया सिस्टम साफ सुथरा अंदरों तां कोई गटर बणदा कुछ बणदा ठीक है कोई पाइपलाइन पे हुण आपां इक खूंजे ते रखतियां भाजी उहदी निकासी कित्थे आ? गल तां इही आ ठीक है चलो फिर मंनदा स्वच्छ करन लई पाणी भी चाहीदा पाणी दा पाइप आया उहने उह कोई प्रबंध नहीं हैगा कोई प्रबंध नहीं हैगा ठीक है ये सर तक लॉलीपॉप आ मान लो एक खाना पूरी कर दे आ लॉलीपॉप भी आ लो जी हां चूसी चलो जिदन मुक गया दोबारा फिर दे देवांगे गल इत्थे मुक दी ना जी। चलो मंडी दे विच जो हुण मौजूदा हालात है वो सब नूं पता आ फसलां जदों अग लगदियां ते भरचे भी हो रहे आ चलो ये अगे भी हुंदे कोई नवें नहीं हैगे किसान हरेक वारी रौला पाउंदा पर हल